ਜੇਕਰ ਤੁਹਾਨੂੰ ਵੀ ਰਸਤੇ ਦੇ ਵਿੱਚ ਸਾਣ ਮਿਲ ਜਾਵੇ ਤਾਂ ਰਸਤਾ ਬਦਲ ਲਿਆ ਕਰੋ, ਕਿਤੇ ਅਜਿਹੀ ਨਾ ਹੋਵੇ ਜਿਹੜੀ ਇਸ ਵੀਡੀਓ ਦੇ ਵਿੱਚ ਹੋਈ ਹੈ। ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀਆਂ ਮਹਿਲਾਵਾਂ ਤੇ ਉਹਨਾਂ ਦੇ ਨਾਲ ਤੁਰੇ ਜਾ ਰਹੇ ਬੱਚੇ ਇੱਕ ਸਾਣ ਕੋਲੋਂ ਦੀ ਲੰਘਦੇ ਪਏ ਨੇ ਤਾਂ ਅਚਾਨਕ ਸਾਣ ਪੁੱਤਰ ਗਿਆ, ਜਿਸ ਨੇ ਦੋ ਮਹਿਲਾਵਾਂ ਤੇ ਇੱਕ ਬੱਚੀ ਨੂੰ ਜ਼ੋਰਦਾਰ ਟੱਕਰ ਮਾਰੀ ਔਰ ਤਿੰਨਾਂ ਜਾਣਿਆਂ ਨੂੰ ਜ਼ਮੀਨ ਤੇ ਮੁੱਦੇ ਮੂੰਹ ਸੁੱਟ ਦਿੱਤਾ। ਆਲੇ ਦੁਆਲੇ ਦੇ ਲੋਕਾਂ ਨੇ ਰੌਲਾ ਪਾ ਦਿੱਤਾ ਔਰ ਡੰਡੇ ਲੈ ਕੇ ਇਹਨਾਂ ਦੇ ਪਿੱਛੇ ਭੱਜੇ ਨੇ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅਵਾਰਾ ਪਸ਼ੂਆਂ ਦਾ ਕਹਿਰ ਸਾਫ਼ ਤੌਰ ਤੇ ਨਜ਼ਰ ਆ ਰਿਹਾ। ਲੋਕਾਂ ਦੇ ਵੱਲੋਂ ਇਹਨਾਂ ਅਵਾਰਾ ਪਸ਼ੂਆਂ ਨੂੰ ਲੈ ਕੇ ਪ੍ਰਸ਼ਾਸਨ ਦੇ ਖਿਲਾਫ ਰੋਸ ਜ਼ਾਹਿਰ ਕੀਤਾ ਗਿਆ। ਇਹ ਤਸਵੀਰਾਂ ਫਰੀਦਾਬਾਦ ਤੋਂ ਸਾਹਮਣੇ ਆਈਆਂ ਨੇ। 68 ਸਾਲ ਦੀ ਬਜ਼ੁਰਗ ਮਹਿਲਾ ਜਿਸ ਨੂੰ ਜ਼ਮੀਨ ਤੇ ਸੁੱਟ ਦਿੱਤਾ, ਉਸ ਦਾ ਇੱਕ ਹੱਥ ਫ੍ਰੈਕਚਰ ਹੋ ਗਿਆ ਔਰ ਇੱਕ ਅੱਖ ਤੇ ਗੰਭੀਰ ਸੱਟ ਵੱਜੀ ਹੈ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਗੰਭੀਰ ਤਰੀਕੇ ਦੇ ਨਾਲ ਇਹ ਬਜ਼ੁਰਗ ਮਹਿਲਾ ਬੇਹੋਸ਼ ਹੋ ਗਈ ਤਾਂ ਇੱਕ ਸਾਣ ਕੋਲੋਂ ਦੀ ਲੰਘ ਰਹੇ ਸੀ ਤਾਂ ਸਾਣ ਪੁੱਤਰ ਗਿਆ, ਦੋ ਮਹਿਲਾਵਾਂ ਤੇ ਇੱਕ ਬੱਚੇ ਨੂੰ ਜ਼ੋਰਦਾਰ ਟੱਕਰ ਮਾਰੀ ਸਿੰਘਾਂ ਦੇ ਨਾਲ ਔਰ ਮੌਕੇ ਤੋਂ ਭੱਜ ਗਿਆ। ਲੋਕ ਡੰਡੇ ਲੈ ਕੇ ਇਸ ਦੇ ਪਿੱਛੇ ਭੱਜੇ ਨੇ ਔਰ ਇਹ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਕਿਸ ਤਰੀਕੇ ਦੇ ਨਾਲ ਇੱਕ ਦੋ ਮਹਿਲਾਵਾਂ ਇੱਕ ਬੱਚੀ ਜਿਨ੍ਹਾਂ ਨੂੰ ਸਾਣ ਨੇ ਜ਼ੋਰਦਾਰ ਟੱਕਰ ਮਾਰੀ, ਹਾਲਾਂਕਿ ਫਿਰ ਮਾਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਲੋਕ ਭੱਜ ਕੇ ਆ ਗਏ ਜਿਨ੍ਹਾਂ ਨੇ ਡੰਡਿਆਂ ਦੇ ਨਾਲ ਇਸ ਸਾਣ ਨੂੰ ਭਜਾ ਦਿੱਤਾ।